अस्सलाम वालेकुम फ्रेंड्स, भाई कैसे हो? सब ठीक ठाक हो? अच्छा यार, आज इधर आए हम आउटसाइड पे तो शो करवाने हैं आपको, तो इंशाल्लाह इनके मेन कबूतर भी आपको दिखाएंगे और इनसे कुछ बातें गुफ्तगू करेंगे। तो आप इनके पॉइंट्स के बारे में बताएंगे यार कि इनकी जो परफॉर्मेंस है कबूतरबाजी के हवाले में वो कैसी है। तो ये पहला कबूतर इंशाल्लाह वो दिखाएंगे हमें कि इनका जो टफ़ कबूतर है, तो ये जनाब इनके बारे में थोड़ा सा हमें बताएं, शो करवाएं। जी अस्सलाम वालेकुम दोस्तों नू, क्योंकि कबूतरबाजी जिहड़ी आ गर्मिया की खेड हैगी आ, ते गर्मिया नू पता लगता जो साना दे पेड़ पेंदे आ ते कौन मैदान जितदा वा। आओ जी तुहानू इंडिया वाली नसल जिहड़ी नसल हैगी आ मेन अज तो कोई 10-20 साल पुरानी आ, ये कबूतर तुहानू असीं दिखाण जा रहे हैं। देखो जी माशाल्लाह एक कबूतर दी तुसीं अख देखो, पहलों अख दा शौक, अख तो बाद अख दा शौक देखो जी, अख दा। अच्छा जी, इन्हां दीआं वराशां देखो बहुत जानी के सियाणी उम्र दे कबूतर हैगे आ साडे कोल। इस तों बाद तुहानू असीं पर दिखावांगे इन्हां कबूतरां दे वी असीं बहुत गलत तरीके नाल कट्टे आ, वी डाड़ी मार के बड़ी यार कद कंध ते ना जा सकन। देखो माशाल्लाह पल्ले इलां तरह पल्ला बहुत वड्डा है माशाल्लाह, देखो जरा शौक करो ना जी। देखो माशाल्लाह जी दूसरा पर देखो जी, आ देखो। इस तों बाद तुहानू जिहड़े वीर कहिंदे आ कबूतरां दा ब्लड दा नहीं पता लगता कित्थों ब्लड कोड़े दे आ, देखो जी पूंछ बिल्कुल बरीक हैगी आ, इन्हां नूं कहिंदे आ दुम इंडिया वाले कबूतर, दुम बरीक पल्ले खोल के उड़ने वाले कबूतर। इन्हां दे पंजियां दा शौक करांदे, पंजियां दा शौक करांदे आ। आ देखो जी जिहड़े कबूतरां दे पैरां ते शिकर ते लाली ते थोड़े जामनू जे होणगे कोड़े कबूतर हुंदे आ, ते आ साडी मेन निशानी आ, असीं अपने मेन कबूतर दी उंगली वी कट दिंदे आ क्योंकि ਸਾਡੇ ਕਬੂਤਰ ਜਿਹੜੇ ਆ ਬਹੁਤ ਬਾਜ਼ੀਆਂ ਤੇ ਦੜਿਆਂ ਵਾਲੇ ਕਬੂਤਰ ਆ ਸਾਡੇ। ਮਾਸ਼ਾਅੱਲਾ ਦੇਖੋ ਜੀ ਮਾਸ਼ਾਅੱਲਾ ਜੀ, ਵੇਲ ਦੇਖੋ ਕਬੂਤਰ ਦੀ, ਵੇਲ ਅੱਛੀ ਆ ਤੇ ਵੈਸੇ ਹੀ ਮਾਸ਼ਾਅੱਲਾ ਕਬੂਤਰ ਹੈ ਵੀ ਅੱਛਾ। ਹਾਂਜੀ ਇਹ ਜੀ ਬਹੁਤ ਸਾਂਭ ਕੇ ਰੱਖੇ ਹੋਏ ਆ ਦਾਦਿਆਂ ਪੜਦਾਦਿਆਂ ਦਾ ਸ਼ੌਕ। ਇਹਨਾਂ ਦੇ ਨਾਲ ਇੱਕ ਹੋਰ ਕੋਈ ਆਪਣੀ ਦਿਖਾਓ, ਇਹਨਾਂ ਦੇ ਨਾਲ ਤੁਹਾਨੂੰ ਅਸੀਂ ਸ਼ੌਕ ਕਰਾਵਾਂਗੇ, ਪੂਰੇ ਖੁੱਡੇ ਦਾ ਕਰਾਵਾਂਗੇ, ਤੁਸੀਂ ਟੈਨਸ਼ਨ ਨਹੀਂ ਲੈਣੀ ਸਾਡੇ ਹੁੰਦੇ ਆ। ਤੇ ਆ ਜਨਾਬ ਦੇਖੋ, ਆ ਦੇਖੋ ਜੀ ਮਾਸ਼ਾਅੱਲਾ ਜਿਹੜੇ ਸੁਰਖੇ ਰੱਤੇ ਤੇ ਲਾਲ ਚੀਨਿਆਂ 'ਚ ਸ਼ਾਮਿਲ ਹੋ ਜਾਂਦੇ ਆ ਕਬੂਤਰ ਵਾਈਟ ਅੱਖਾਂ ਦੇ, ਜਿਨ੍ਹਾਂ ਦੀਆਂ ਚਿੱਟੀਆਂ ਅੱਖਾਂ ਹੁੰਦੀਆਂ। ਵਾਹ ਜੀ ਵਾਹ, ਕਿਆ ਬਾਤ ਹੈ ਜਨਾਬ। ਆ ਦੇਖੋ ਜੀ ਕਲਰ ਖੂਬਸੂਰਤ, ਅੱਖ ਦੇਖੋ ਜੀ ਵਾਈਟ ਅੱਖ ਹੋਊਗੀ ਤੇ ਪੂਰੀ ਤੜ ਦੇ ਨਾਲ ਉੱਡਣ ਵਾਲੇ ਕਬੂਤਰ ਆ। ਤੁਹਾਨੂੰ ਹੁਣ ਅਸੀਂ ਇਹਨਾਂ ਦੇ ਪੱਲੇ ਚੈੱਕ ਕਰਾਉਂਦੇ ਹਾਂ, ਇੱਕ ਪਰ ਹੈ ਸਾਰਾ ਸਾਡਾ। ਬਗਲ ਦੇਖੋ ਕਿੰਨੀ ਬੜੀ ਹੈ ਯਾਰ, ਬਗਲ ਮਾਸ਼ਾਅੱਲਾ ਹੈ, ਵਾਈਬ੍ਰੇਟ ਵੀ ਅੱਛੀ ਹੈਗੀ ਪਰ ਦੇ ਵਿੱਚ। ਹਾਂਜੀ ਜੀ ਬਿਲਕੁਲ, ਤੁਹਾਨੂੰ ਦੂਸਰਾ ਪੱਲਾ ਚੈੱਕ ਕਰਾਉਂਦੇ ਹਾਂ। ਦੇਖੋ ਜੀ ਆਹ ਕਬੂਤਰ ਪਿਛਲੇ ਸਾਲ 3 ਦੜੇ ਵਧਿਆ ਵਾ ਜੀ, ਤੇ ਸਾਡਾ ਨਾਮੀ ਕਬੂਤਰ ਆ ਜੀ। ਆਹ ਦੁੰਮ ਦੇਖੋ ਬਿਲਕੁਲ ਇੱਦਾਂ ਕਰਕੇ ਜਿਹੜੇ ਕਬੂਤਰਾਂ ਦੀ ਛੱਡੋ, ਦੇਖੋ ਜੀ ਦੁੰਮ ਦੀ ਤੇਲ ਬੰਦ ਰੱਖਦਾ ਦੇਖੋ ਜ਼ਰਾ। ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਬਲੱਡ ਚੈੱਕ ਕਰਾਉਣ ਜਾ ਰਿਹਾ ਜੀ, ਇੱਕ ਬਲੱਡ ਦੇ ਕਬੂਤਰ ਆ ਸਾਡੇ ਕੋਲ ਦੇਖੋ, ਪੰਜੇ ਨਾਖੁਨ ਬਾਈ ਚੈੱਕ ਕਰੋ ਕਿੰਨੇ ਬੜੇ ਬੜੇ ਨਾਖੁਨ ਆ। ਤੇ ਜਨਾਬ ਤੁਸੀਂ ਵੀ ਜ਼ਰਾ ਇੱਧਰ ਸਾਹਮਣੇ ਆਵੋ, ਤੁਹਾਡੀ ਵੀ ਜ਼ਰਾ ਨਾਲ ਹੀ ਵੀਡੀਓ। ਤੁਹਾਨੂੰ ਪਹਿਲਾਂ ਨਰ ਦਿਖਾਉਣੇ ਆ ਤੇ ਉਹਨਾਂ ਤੋਂ ਬਾਅਦ 'ਚ ਤੁਹਾਨੂੰ ਮਾਦੀਆਂ ਦਿਖਾਉਣੀਆਂ ਸੀ ਹੈਗੀਆਂ ਵਾ, ਨਰ ਲੈ ਕੇ ਆਓ ਜੀ। ਛੱਡੋ ਉਸਤਾਦ ਜੀ, ਕਿਉਂਕਿ ਸਾਰੇ ਭਰਾ ਸ਼ੋਅ ਕਰਦੇ ਆ, ਸ਼ੁਭਕ ਉਹੀ ਹੁੰਦਾ ਵਾ ਜਿਹੜੀ ਅਡਾਰ ਸੋਹਣੀ ਕਬੂਤਰ ਦੀ ਹੋਵੇ ਅਤੇ ਕਬੂਤਰ ਨਸਲੀ ਹੋਵੇ। ਤੁਹਾਨੂੰ ਹੁਣ ਇਹਨਾਂ ਕਬੂਤਰਾਂ ਦੇ ਪੱਠੇ ਦਿਖਾਉਣ ਜਾ ਰਹੇ ਹਾਂ ਜੀ, ਜਿਹੜੇ ਐਤਕੀ ਸਾਲ ਅਸੀਂ ਪੱਟੇ ਨਹੀਂ ਹੋ, ਉਹ ਪੱਟਣੇ ਸੀਗੇ ਲੇਕਿਨ ਅਸੀਂ ਨਹੀਂ ਪੱਟੇ, ਸਾਡੇ ਕੋਲ ਇਹਨਾਂ ਦੇ ਦੂਸਰੇ ਭੈਣ ਭਰਾ ਪੱਠੀਆਂ ਪੱਠੇ ਆ। ਦੇਖੋ ਜੀ ਗਲਵਾ ਹੈ ਜਨਾਬ, ਇਹ ਗਲਵਾ ਹੈ ਜੀ, ਇਹ ਸੁਰਖੇ ਦਾ ਪੱਠਾ ਜੀ। ਅੱਛਾ ਸੁਰਖੇ ਦਾ ਪੱਠਾ, ਹਾਂਜੀ ਅੱਛਾ ਜੀ। ਆਹ ਦੂਸਰੀ ਅੱਖ ਚੈੱਕ ਕਰੋ ਜੀ ਇਹਦੀ, ਇਹ ਤੋਂ ਬਾਅਦ ਬਗਲ ਦੇ ਪਰ ਚੈੱਕ ਕਰੋ, ਬਗਲ ਦੇ ਪਰ ਚੈੱਕ ਕਰੋ ਜੀ, ਬਗਲ ਹੀ ਬਹੁਤ ਵੱਡੀ ਹੈ ਕਬੂਤਰ ਦੀ। ਵਾਹ ਜੀ ਵਾਹ, ਕੀ ਬਾਤ ਹੈ। ਆਹ ਦੂਸਰਾ ਵੀ ਪਰ ਤੁਹਾਨੂੰ ਚੈੱਕ ਕਰਾਉਂਦੇ ਹਾਂ ਅਤੇ ਤੁਹਾਨੂੰ ਦੁੰਮ ਚੈੱਕ ਕਰਾਉਂਦੇ ਹਾਂ। ਆਹ ਦੇਖੋ ਜੀ ਟੇਲ ਚੈੱਕ ਕਰੋ ਜਨਾਬ, ਪੰਜਿਆਂ ਦਾ ਵੀ ਨਾਲ ਨਾਲ ਸ਼ੌਕ ਕਰਾ ਦਿਓ ਦੋਸਤਾਂ ਨੂੰ। ਆਹ ਕਬੂਤਰ ਪਿਛਲੇ ਸਾਲ ਨੇਠਲੀ ਦੇ ਵਿੱਚ 4 ਬਾਜ਼ੀਆਂ ਉੱਡਿਆ ਅਤੇ 4 ਬਾਜ਼ੀਆਂ ਹੀ ਜਿੱਤਿਆ ਜੀ ਇਹ ਕਬੂਤਰ ਸਾਡਾ। ਵਾਹ ਜੀ ਵਾਹ, ਕੀ ਬਾਤ ਆ। ਲਿਆਓ ਜੀ ਦੂਸਰੇ ਨਰ ਲਿਆ ਗਿਆ। ਅਤੇ ਹੋਰ ਕੋਈ ਐਤਕੀ ਸਾਲ ਜੀ ਕੋਈ ਕਬੂਤਰ ਟੂਰਨਾਮੈਂਟ ਦੇ ਬਾਰੇ, ਦੜਿਆਂ ਦੇ ਬਾਰੇ 'ਚ ਥੋੜ੍ਹੇ ਜਿਹਾ ਸ਼ੋਅ? ਐਤਕੀ ਸ਼ੋਅ ਤਾਂ ਸਾਰਿਆਂ ਦਾ ਸੀ, ਡੱਬਾ ਫੜ ਲਓ ਭਰਾਵਾਂ ਦਾ ਸੀ ਹੈਗਾ, ਅਤੇ ਲੇਕਿਨ ਐਤਕੀ ਕਰੋਨਾ ਵਾਇਰਸ ਛਾ ਗਿਆ ਵਾ, ਇਹਦੀ ਵਜ੍ਹਾ ਨਾਲ ਮਿਲ ਕਾਰੋਬਾਰ ਹਰ ਸ਼ੈ ਬੰਦ ਹੈਗੀ ਆ, ਸ਼ੈ ਬੰਦ ਹੈਗੀ, ਉਸ ਵਜ੍ਹਾ ਦੇ ਨਾਲ ਇਹ ਕਬੂਤਰਬਾਜ਼ੀ ਜਿਹੜੀ ਆ ਇਹ ਵੀ ਬਹੁਤ ਘੱਟ ਹੋਣ ਡਈ ਆ, ਕਿਉਂਕਿ ਬੰਦੇ ਦੁੱਖ ਮਨਾ ਰਹੇ ਆ ਵੀ ਬਾਹਰਲੇ ਮੁਲਕਾਂ ਦੀ ਹਾਲਾਤ ਕੀ ਜਾ ਰਹੀ ਆ। ਤੁਹਾਨੂੰ ਇਹ ਅਸੀਂ ਡੱਬੇ ਆ ਜੀ, ਸਾਡੇ ਕੋਲ ਇੱਕ ਪਾਰੀ ਹੈਗਾ ਸਾਰਾ, ਅਤੇ ਡੱਬਿਆਂ ਦਾ ਸ਼ੋਅ ਕਰਾਉਂਦੇ ਆ ਜੀ। ਆਹ ਡੱਬੇ ਦੀ ਅੱਖ ਚੈੱਕ ਕਰੋ ਜਨਾਬ, ਡੱਬਾ ਕਬੂਤਰ, ਡੱਬੇ ਕਬੂਤਰਾਂ ਦਾ ਲੋਕਾਂ ਨੂੰ ਬਹੁਤ ਸ਼ੌਕ ਹੈਗਾ। ਅਤੇ ਦੂਸਰੀ ਅੱਖ ਚੈੱਕ ਕਰੋ ਜੀ, ਇਹ ਬਲਡਾ ਕਬੂਤਰ ਆ, ਤੁਹਾਨੂੰ ਹੁਣ ਇਹਦੇ ਪੱਲੇ ਅਤੇ ਇਹਦੇ ਪਰ ਚੈੱਕ ਕਰਾਉਂਦੇ ਆ, ਪਰ ਦਾ ਸ਼ੋਅ ਕਰੋ ਜਨਾਬ।
बगल चेक करो आ कबूतर असी ऐलगी पटिया वा जी। इंशाला उम्मीद आ भी दड़िया के ही कबूतर छड़ना असी इस वजह के नाल भी यानी कि साढ़े को दो चार ही हो गए उही नहीं मुकने। वाह जी वाह कबूतर ही दुम चेक करो टेल बेंट तो आ तुम हूँ पंजिया का शो करा रहे साढ़े को जोड़ा भी कबूतर देखोगे इदा के पंजे हो गए वो। वाह जी क्या बात है बई इनू बेच छो उस तो बाद चो जी असी हूँ तू रत्ते सुरखे चिट्टियां अखा वाले का बच्चा तुम दहान लगे हैं जी। अख चेक करो जी चिट्टियां अखा का अख चेक करो जनाब यदी क्या बात तेरे पर पूरा दा शो करो तेरे पर चेक करो जी ऐसी गुटियां गटियां लाइया वा भी कबूतर पड़ के रात रह के आया वा तो इस वजह के नाल असी इनू पर बन दिते आ कबूतर रात साडा बाहर रहा वा। अच्छा अच्छा तो ता करके भी यानी कि जाल चो निकल जाते दुम चेक करो। वाह जी क्या तुम ये ब्लड का चेक करा रहे हैं जी आ लत्तां दा जी ये पिछले साल बच्चा हों दूसर के उत्ते वध्या सी जी दूसर ते। वाह जी साढ़े ओले कबूतर एंटर तो नौवें च खून सुक जाए तो फिर डिगदे आ जाके नहीं तो उड उड के बाहर ही मर जाते घर नहीं आते इदा की नसल आ। अच्छा इन भी छड़ दो जनाब उस तो बाद चो जी तुम इंडिया वाले कबूतर जोड़ा व्डा अगे दिखाया वा जी वह पट्ठा तुम चेक करा लगे हाँ जी जिन्हें लोहे अर्गे वजूर आ चेक करो जी। अच्छा वो वे पहले मेन इंडिया इंडिया वाले का पट्ठा जी। अच्छा जनाब पर चेक करो वाह जी वाह बगल भी अच्छी वड्डी आ इन्हों की माँ का भी शौक नाल कराए इन्हों की माँ का भी तुम शौक कराने जी ए ब्लड तुम दिखावे जी जे मेन कबूतर है साढ़े को इन्हों के पंजे आ जी। अच्छा जनाब पंजे आ बिल्कुल परफेक्ट तो इन्हों की भी दुम चेक कर लो साढ़े को यही दुम के कबूतर आ सारे बन टेल दे छो सा जी अगला नैक्सट पढ़ो आ इन्हों की माँ आ जी जो मेन कबूतर आ साढ़े दादे पड़दाद्या ये उन्हां दी पट्ठी आ ये पट्ठी तो गां कबूतरी बनी आ कोई चार पाँच साल हो गए साढ़े को बच्चे कढ़दी नूं माशाल्लाह बहुत ता लगा वा तुहानूं इहदी अख दा तुहानूं पर दा हर शै दा शौक कराने आ पहले ते अख दा शौक करो अख दा शौक करो। अच्छा इहदे बारे उस्ताद जी दस्सो जरा इहदी खासियत इही आ वी बगल वी नाल नाल दिखाई तुहानूं पर वी दिखाने आ बहुत बड़े बड़ियां बगलां यार कट्टे भी जरा चंगे के पुड़के ना पुड़के ना। अच्छा ये बड़े कबूतर नहीं लगी हुई है बड़े कबूतर ना जी गल ए आ वी इन्हां दे बच्चे चोगा लेंदे होन ते गिजा लिए ते गिज जांदे आ नहीं ते अठ अठ दिन दस दस दिन वारा रहिंदे आ क्योंकि ये जो आप बच्चा सी दस दिन वारा रह के आई सी मादी सही सही काल नोकी मादी आ जी आदियां लत्तां दा ब्लड आ कुछ पंजे आ ते इहनूं एड्रेस दिखाओ जरा हैदां फट के आ जनाब चेक करो ते और दिखाओ जरा इन्हां दे कोई बच्चे दूसरे आ बच्चे केड़े आ केड़े आ रत्ते दे ओ सुरखे दे। अच्छा आ भी बच्चे रत्ते दे साडे सुरखे कबूतर दे जिहड़े घुग्गी जिड्डे कबूतर निकलदे आ बिल्कुल छोटे 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 वजूद दे चक्करां वाले कबूतर आ जी इह साडे तुहानूं अख दा शो कराने आ इह अख किद्दां दी पील लखी इह पील लखी आ जी विच काली दे विच खट्टे डुक पाए हुए डुक पाए सही सही आ देखो जी आप छोटे छोटे आ जदों पल्ले खोलदे आ ते पल्ले लम्मे करके उड़दे आ बच्चे ओ छोटी कट दित्ते के गुआचन ये क्योंकि रात रह के आ गए आ ते सानूं नसीहत आ गई आ वी असीं इन्हां नूं कटना ही बनदा वा इन्हां नूं जेठ तक असीं पट के ते जिहड़े ईद वाला दड़ा वा असीं इन्हां दे नाल देखणा वा। चलो अच्छी गल आ यार माशाल्लाह दुम चेक कराने आ देखो जी दुम वाह जी वाह टेल बंद आ छड्डो उस्ताद जी जरा अगला फड़ो हुण सुरखे दे बच्चा दोनों भैन भैन भाई आ जी भैन भरा असी दोनों जिहड़े तुहानूं दिखा रहे आ रात रह के बहुत औखे असी सुबह नूं बिठा ले अगले दिन 12 बजे आ के बैठे आ भैन भरा इन्हां दे हैगे आ सही सही ते आ देखो तुसी इन्हां दे पर बार बगलां चेक करो जनाब दूई बगल दा चेक करन शो करने आ लो जी दूसरी बगल भी ते वीडियो नूं लाइक जरूर कर दिया करो यार अगे दोस्तां नाल शेयर भी करिया करो अगे इंशाल्लाह होर अच्छी अच्छी वीडियो मैं लेके आंदा रहांगा अब दुम चेक करो जनाब बच्चे आसी हम छाड़ रहे हैं जी आ चेक करो बच्चे आ जी आ बच्चियां दी आ बच्चियां दी मां वा जी जिहड़ी तुहानूं गलवी मादी दिखाण लगे हैं जी। अच्छा मां वा जी बच्चियां दी ठीक हो गया ओ जिहड़े ओ लाल लाल सरे नाल लगी नाल लगी आ जी आ पार चेक करो जी इहदे बगल बड़ी वड्डी है इहदे माशाल्लाह पर ते कुंदा चेक करो कबूतर दा मादी बहुत टॉप दी मादी ये मादी आ जी ये जेठ दे विच रात रहंदी आ जी जदों उड्डी आ ते लेकिन असीं बच्चियां च पा दित्ती आ हुण
ਵਾਹ ਜੀ ਵਾਹ। ਇਹ ਪਿਓਰ ਇੰਡੀਅਨ ਵਾਲੇ ਕਬੂਤਰਾਂ 'ਚੋਂ ਵਾ, ਦੁੰਮ ਚੈੱਕ ਕਰੋ ਜੀ, ਟੇਲ ਬੰਦ। ਚਲੋ ਛੱਡੋ ਉਸਤਾਦ, ਨੈਕਸਟ ਕਿਹੜਾ? ਉੱਚੀ ਦਾ ਜੋੜਾ ਆ ਜਨਾਬ, ਇਹਨਾਂ ਨੇ ਸ਼ੋਕੀਆ ਤੋੜ ਤੇ ਉੱਚੀ ਦਾ ਜੋੜਾ ਵੀ ਰੱਖਿਆ ਵਾ। ਉੱਚੀ ਦਾ ਜੋੜਾ ਰੱਖਿਆ ਵਾ ਵੀ ਜਿਨ੍ਹਾਂ ਥੱਲੇ ਅਸੀਂ ਆਂਡੇ ਬੱਚੇ ਫੇਰ ਲੈਂਦੇ ਹਾਂ, ਅਤੇ ਸ਼ੋਕ ਦੇ ਨਾਲ ਰੱਖੇ ਹੋਏ ਆ, ਤੁਹਾਨੂੰ ਸਲੇਟੀਆਂ 'ਚੋਂ ਸ਼ੋਕ ਕਰਾਉਂਦੇ ਜੀ। ਸ਼ੋਕ ਕਰੋ ਉੱਚੀ ਦੀਆਂ ਦਾ ਵੀ ਜਨਾਬ। ਆ ਜੀ ਕਬੂਤਰ ਬਹੁਤ ਔਖੇ ਬਣਦੇ ਹੈਗੇ ਆ, ਲੇਕਿਨ ਇਹ ਰੰਗ ਦੇ ਵਿੱਚ ਲੱਭਦੇ ਵੀ ਨਹੀਂ, ਘੱਟ ਚੱਕਰਾਂ ਵਾਲੇ ਕਬੂਤਰ ਆ ਜੀ, ਟਾਣ ਵਾਲੇ। ਅੱਛਾ ਇਹ ਕਿਸ ਟਾਈਮ ਫੜੇ ਸੀ ਵੀ? ਇਹ ਜੀ ਰਾਤ ਨੂੰ ਪਾਣੀ ਵਾਲੀ ਟੈਂਕੀ 'ਚ ਆ ਕੇ ਡਿੱਗ ਗਿਆ ਸੀਗਾ, ਅਤੇ ਉੱਪਰ ਬਹਿਣ ਲੱਗਾ ਸੀ, ਬੈਠਿਆ ਨਹੀਂ ਗਿਆ, ਵਿੱਚ ਡਿੱਗ ਗਿਆ, ਅਤੇ ਫਿਰ ਉੱਥੋਂ ਅਸੀਂ ਫੜ ਕੇ ਲਿਆਂਤਾ। ਸਾਡੇ ਉੱਪਰ ਮਕਾਨ 'ਤੇ ਟੈਂਕੀ ਪਈ ਹੈਗੀ ਆ, ਉੱਥੋਂ ਲਿਆ ਜਾਂਦਾ ਸੀ। ਅਗਲਾ ਤੁਹਾਨੂੰ ਇਹਦੇ ਨਾਲ ਮਾਦੀ ਦਿਖਾਉਂਦੇ ਹਾਂ ਜਿਹੜੀ, ਆਹ ਤਾਂ ਅੱਗੇ ਦੱਸਿਆ ਸੀ 5 ਦਿਨ ਰੋਲੀ ਜਿਹੜੀ, ਉਹੀ ਹੈ ਨਾ? ਉਹੀ ਮਾਦੀ। ਆਹ ਮਾਦੀ ਜੀ ਸਾਡੀ ਕਲੋਨੀ ਦੇ ਵਿੱਚ ਆਈ ਨਾਲ ਹੋਈ ਆ। ਆਹ ਮਾਦੀ ਜੀ ਸਾਡੀ ਕਲੋਨੀ ਦੇ ਵਿੱਚ ਆਈ, 5 ਦਿਨ ਰੁਲਦੀ ਰਹੀ। 5 ਦਿਨਾਂ ਬਾਅਦ ਜਾ ਕੇ ਜਦੋਂ ਇਹਦਾ ਐਂਡ ਹੋਇਆ, ਗਰਮੀ ਜੇਠ ਦਾ ਮੌਸਮ ਸੀ, ਅਤੇ ਆ ਕੇ ਇਹ ਡਿੱਗੀ ਆ। ਕਾਲ ਦੁੰਬੀ ਆ, ਕਾਲ ਦੁੰਬੀ, ਦੁੰਬ ਦੇ ਵਿੱਚ ਅੱਧੀ ਕਾਲੀ ਦੁੰਬ ਆ ਜੀ, ਅੱਧੀ ਚਿੱਟੀ ਆ ਜੀ, ਇਹਦੀਆਂ ਗੁਲਾਬੀ ਅਤੇ ਮਾਲਟਾ ਰੰਗ ਲੱਗਾ ਹੋਇਆ ਇਹਨੂੰ। ਪੁਰਾਣੇ ਉਹਨਾਂ ਦੇ ਰੰਗ ਲੱਗੇ ਜਿਹਨਾਂ ਦੀ ਆਈ ਆ, ਇੱਧਰ ਵੀ ਗੁਲਾਬੀ ਆ। ਸਹੀ ਸਹੀ। ਆਹ ਦੁੰਬ ਆ ਜੀ, ਆਹ ਇਹਦਾ ਬਲੈਡ ਆ। ਅੱਛਾ ਉਸਤਾਦ ਜੀ, ਫੜੀ ਤੁਸੀਂ ਸੀ, ਇਹ ਕਿੱਦਾਂ ਇਹਨਾਂ ਦੇ ਬਾਰੇ ਤੁਸੀਂ ਦੱਸੋ, ਇਹਦੇ ਕਬੂਤਰੀ ਦੇ ਬਾਰੇ। 5 ਦਿਨ ਰੋਲਦੀ ਰਹੀ ਇੱਥੇ, 5 ਦਿਨਾਂ ਬਾਅਦ ਹਨੇਰੀ ਆਈ ਸੀਗੀ ਆ, ਪਿਛਲੇ ਜਿਹੇ ਦਿਨਾਂ ਸਰਦੀਆਂ ਤੋਂ ਪਹਿਲੇ। ਹਾਂ ਹਾਂ ਸਹੀ ਸਹੀ। ਉਦੋਂ ਮਸਲਨ ਕਿ ਦੀਵਾਰ ਤੇ ਬੈਠੀ ਉਦੋਂ। ਉਦੋਂ ਫੜੀ ਭਈ। ਅੱਛਾ ਅੱਛਾ, ਫੜੀ ਇਹਨਾਂ ਨੇ, ਸ਼ਾਮ ਦਾ ਟਾਈਮ ਸੀਗਾ, ਹਨੇਰਾ ਹੋ ਚੱਲਾ। ਠੀਕ ਠੀਕ, ਹਨੇਰੇ 'ਚ ਇੱਥੇ ਘਰ ਹੀ ਆ ਕੇ ਉੱਡ ਗਈ। ਹਾਂਜੀ, ਘਰ ਦੀ ਕਬੂਤਰੀ ਵੀ ਅੱਛੀ ਹੈਗੀ ਮਾਸ਼ਾਅੱਲਾ। ਅਤੇ ਹੁਣ ਤੁਹਾਨੂੰ ਜਨਾਬ ਜਿਹੜੇ ਇਹਨਾਂ ਦੇ ਮੇਨ ਸੈਗਮੈਂਟ ਹੈਗੀ, ਉਹਨਾਂ ਦੇ ਸਾਰਾ ਵਿਊ ਚੈੱਕ ਕਰਵਾਉਂਦੇ ਹਾਂ। ਅਤੇ ਆਹ ਜਨਾਬ ਇਹਨਾਂ ਦੇ ਮੇਨ ਜਿਹੜੇ ਕਬੂਤਰ ਆ, ਤੁਹਾਨੂੰ ਜ਼ੂਮ ਕਰਕੇ ਦਿਖਾਉਂਦੇ ਹਾਂ, ਆਹ ਚੈੱਕ ਕਰੋ। ਆਹ ਜਨਾਬ ਕਬੂਤਰ ਹੈਗੇ ਆ। ਅਤੇ ਵੀਡੀਓ ਨੂੰ ਅੱਗੇ ਜ਼ਿਆਦਾ ਜ਼ਿਆਦਾ ਸ਼ੇਅਰ ਜ਼ਰੂਰ ਕਰੋ ਯਾਰ, ਤਾਂ ਕਿ ਇਨਸ਼ਾਅੱਲਾ ਔਰ ਨੈਕਸਟ ਸੈਗਮੈਂਟ 'ਚ ਅੱਛੀ ਅੱਛੀ ਵੀਡੀਓ ਮੈਂ ਲੈ ਕੇ ਆਉਂਦਾ ਰਹਾਂ ਤੁਹਾਡੇ ਲਈ। ਅਤੇ ਮਾਸ਼ਾਅੱਲਾ ਸਾਰੇ ਕਬੂਤਰ ਇਹਨਾਂ ਦੇ ਪਰਫੈਕਟ ਹੈਗੇ ਆ, ਚੈੱਕ ਕਰ ਲਓ। ਅਤੇ ਬਹੁਤ ਅੱਛੇ ਨਿਆਬ ਕਬੂਤਰ ਹੈਗੇ ਆ। ਅਤੇ ਸ਼ੌਕ ਤੁਹਾਨੂੰ ਜਨਾਬ ਇੱਦਾਂ ਇਨਸ਼ਾਅੱਲਾ ਕਰਾਉਂਦਾ ਰਹਾਂਗਾ, ਅਤੇ ਤੁਹਾਡੇ ਸਾਹਮਣੇ ਹੀ ਆ। ਅਤੇ ਚਲੋ ਸਾਨੂੰ ਦੋ ਇਜਾਜ਼ਤ, ਅਸੀਂ ਹੁਣ ਮਿਲਦੇ ਹਾਂ ਨੈਕਸਟ ਵੀਡੀਓ ਨਾਲ। ਓਕੇ ਜੀ, ਅੱਲਾ ਹਾਫਿਜ਼।